ਲੋਕਾਂ ਦੀ ਭਰਪੂਰ ਮੰਗ ਤੇ ਪੇਸ਼ ਕਰਨ ਜਾ ਰਿਹਾ ਜੀ ਕੈਰੀ ਔਨ ਜੱਟਾ 2। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਟੇਸ਼ਨ ਤੇ ਮੈਂ ਯੋਗੇਸ਼ ਗੁਰਨਾ। ਅੱਜ ਮੇਰੇ ਨਾਲ ਨੇ ਜੀ ਪੰਜਾਬੀ ਸੁਪਰ ਸਟਾਰ ਗਿੱਪੀ ਗਰੇਵਾਲ ਭਾਜੀ, ਜਿਨ੍ਹਾਂ ਦੀ ਫਿਲਮ ਆ ਰਹੀ ਹੈ ਜੀ 1 ਜੂਨ ਨੂੰ ਕੈਰੀ ਔਨ ਜੱਟਾ 2। ਆਓ ਜਾਣਦੇ ਹਾਂ ਜੀ ਕੀ ਖਾਸ ਇਸ ਫਿਲਮ ਦੇ ਵਿੱਚੋਂ ਲੈ ਕੇ ਆ ਰਹੇ ਨੇ ਭਾਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਮਿਹਰਬਾਨੀ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਫਿਲਮ 1 ਜੂਨ ਨੂੰ ਰਿਲੀਜ਼ ਹੋ ਰਹੀ ਹੈ ਜੀ ਕੈਰੀ ਔਨ ਜੱਟਾ 2। ਸੋ ਪੁਰਾਣੀ ਫਿਲਮ ਨੂੰ ਤੁਸੀਂ ਬਹੁਤ ਪਿਆਰ ਸਤਿਕਾਰ ਬਖਸ਼ਿਆ ਸੀਗਾ ਜੀ, ਔਰ ਕੋਸ਼ਿਸ਼ ਕੀਤੀ ਹੈ ਕਿ ਇਹ ਫਿਲਮ ਉਸੇ ਤਰ੍ਹਾਂ ਦੀ ਬਣਾਈ ਜਾਵੇ ਔਰ ਤੁਹਾਨੂੰ ਖੂਬ ਹਸਾਇਆ ਜਾਵੇ, ਰੌਣਕ ਮੇਲਾ ਲਾਇਆ ਜਾਵੇ। ਸੇਮ ਕਾਸਟ ਦੇ ਨਾਲ ਫਿਲਮ ਲੈ ਕੇ ਹਾਜ਼ਰ ਹੋਏ ਹਾਂ। ਅੱਜ ਦੀ ਡੇਟ 'ਚ ਬੜੀ ਔਖੀ ਸੀਗੀ ਐਡੀ ਵੱਡੀ ਸਟਾਰ ਕਾਸਟ ਇਕੱਠੀ ਕਰਕੇ ਇੱਦਾਂ ਦੀ ਫਿਲਮ ਬਣਾਉਣੀ, ਬਟ ਤੁਹਾਡੇ ਪਿਆਰ ਸਦਕਾ ਇਹ ਫਿਲਮ ਕੰਪਲੀਟ ਹੋਈ ਹੈ ਜੀ। ਜ਼ਰੂਰ ਦੇਖਿਓ ਜੀ 1 ਜੂਨ ਨੂੰ ਕੈਰੀ ਔਨ ਜੱਟਾ 2। ਇੱਕ ਛੋਟਾ ਜਿਹਾ ਸਵਾਲ, ਪਹਿਲੀ ਦੇ ਨਾਲੋਂ ਇਹ ਦੂਜੀ ਕੈਰੀ ਔਨ ਜੱਟਾ ਕਿਸ ਤਰ੍ਹਾਂ ਡਿਫਰੈਂਟ ਹੈ? ਡਿਫਰੈਂਟ ਤਾਂ ਬਹੁਤ ਜ਼ਿਆਦਾ ਨਹੀਂ ਹੈਗੀ ਜੀ, ਮੈਂ ਐਵੇਂ ਕਹੂੰਗਾ, ਕਿਉਂਕਿ ਮੈਨੂੰ ਇਹ ਸੀਗਾ ਕਿ ਜਿਨ੍ਹਾਂ ਨੇ ਪਹਿਲੀ ਦੇਖੀ ਆ ਉਹ ਦੂਸਰੀ ਫਿਲਮ ਨੂੰ ਵੀ ਉੱਦਾਂ ਹੀ ਐਕਸਪੈਕਟ ਕਰਨਗੇ ਕਿ ਉਸੇ ਟਾਈਪ ਦੀ ਫਿਲਮ ਹੋਵੇ। ਕਹਾਣੀ ਨਵੀਂ ਹੈ, ਉਸੇ ਕਨਫਿਊਜ਼ਨਾਂ ਦੇ ਆਲੇ ਦੁਆਲੇ ਘੁੰਮਦੀ ਹੈ। ਝੂਠ ਤੂਫਾਨ ਦੀ ਕਹਾਣੀ ਹੈ ਜੀ ਜਿਹੜੀ ਪੁਰਾਣੀ ਸੀਗੀ, ਅਤੇ ਲਾਫਟਰ ਹੈ ਜੀ, ਬੈਂਗ ਔਨ ਪੰਚਸ ਟੂ ਪੰਚਸ ਫਿਲਮ ਹੈ। ਔਰ ਬਾਕੀ ਦੇਖ ਕੇ ਦੱਸਿਓ ਜੀ ਕਿਹੜੀ ਫਿਲਮ ਨੂੰ ਜ਼ਿਆਦਾ ਟਾਈਮ ਲੱਗਿਆ, ਕੈਰੀ ਔਨ ਜੱਟਾ 1 ਜ਼ਿਆਦਾ ਟਾਈਮ 'ਚ ਬਣੀ ਸੀ ਜਾਂ 2 ਜ਼ਿਆਦਾ ਟਾਈਮ 'ਚ ਬਣੀ? 2 ਜ਼ਿਆਦਾ ਟਾਈਮ 'ਚ ਬਣੀ ਹੈ ਜੀ, ਕਿਉਂਕਿ ਹੁਣ ਜਿੱਦਾਂ ਦਾ ਮਾਹੌਲ ਸੀਗਾ ਔਰ ਜਿੱਦਾਂ ਦੀ ਅਸੀਂ ਥੋੜ੍ਹੀ ਟਿਕਾ ਕੇ ਬਣਾਉਣੀ ਚਾਹੁੰਦੇ ਸੀਗੇ, ਪਹਿਲਾਂ ਵਾਲੀ ਵੇਲੇ ਬਜਟ ਘੱਟ ਸੀਗਾ, ਘੱਟ ਟਾਈਮ ਲੱਗਿਆ ਸੀ, ਐਤਕੀ ਥੋੜ੍ਹਾ ਜਿਹਾ ਉਸ ਤਰੀਕੇ ਨਾਲ ਜ਼ਿਆਦਾ ਸਮਾਂ ਲੱਗਿਆ। ਆਪਣੇ ਵਿਊਅਰਸ ਨੂੰ, ਆਪਣੇ ਫੈਨਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੈਰੀ ਔਨ ਜੱਟਾ 2 ਦੇ ਬਾਰੇ? ਮੈਸੇਜ ਇਹ ਹੈ ਜੀ ਕਿ 1 ਜੂਨ ਨੂੰ ਰਿਲੀਜ਼ ਹੋ ਰਹੀ ਆ, ਔਰ ਜਿਨ੍ਹਾਂ ਨੇ ਪਹਿਲੀ ਫਿਲਮ ਨੂੰ ਇੰਨਾ ਪਿਆਰ ਸਤਿਕਾਰ ਦਿੱਤਾ ਤੁਸੀਂ ਜ਼ਰੂਰ ਦੇਖਿਓ ਜੀ, ਤੁਹਾਨੂੰ ਪਸੰਦ ਆਊਗੀ, ਬੜੀ ਮਿਹਨਤ ਕੀਤੀ ਹੈ, ਤੁਹਾਡੇ ਲਈ ਬਣਾਈ ਹੈ ਜੀ ਕੈਰੀ ਔਨ ਜੱਟਾ 2। ਬਿਲਕੁਲ ਜੀ, 1 ਜੂਨ ਨੂੰ ਤੁਸੀਂ ਜਾਣਾ ਹੈ ਸਿਨੇਮਾ ਘਰਾਂ ਦੇ ਵਿੱਚ ਅਤੇ ਇਸ ਫਿਲਮ ਨੂੰ ਦੇਖਣਾ। ਪਿੰਡ ਵਾਲਿਆਂ ਨੂੰ ਖਾਸ ਕਰਕੇ ਰਿਕੁਐਸਟ ਕਰੂੰਗਾ, ਕਿਉਂਕਿ ਪਿੰਡਾਂ ਦੇ ਵਿੱਚ ਗਿੱਪੀ ਭਾਜੀ ਦੇ ਫੈਨ ਬਹੁਤ ਜ਼ਿਆਦਾ ਨੇ, ਕਿ ਤੁਸੀਂ ਟਰਾਲੀਆਂ ਭਰ ਭਰ ਕੇ ਜਾਣਾ ਕੈਰੀ ਔਨ ਜੱਟਾ 2 ਨੂੰ ਇੰਜੋਏ ਕਰਨ। ਪੰਜਾਬੀ ਟੇਸ਼ਨ 'ਤੇ ਫਿਲਹਾਲ ਇੰਨਾ ਹੀ ਜੀ, ਮੈਨੂੰ ਯੋਗੇਸ਼ ਨੂੰ ਦਿਓ ਇਜਾਜ਼ਤ ਅਤੇ ਗਿੱਪੀ ਭਾਜੀ ਨੂੰ। ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ।